ਇੱਕ ਮੰਦਭਾਗੀ ਖਬਰ ਜੋ ਹੈ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ ਤਾਂ ਜਾਣਕਾਰੀ ਦੇ ਦਈਏ, ਗੁਰਦਾਸਪੁਰ ਦੇ ਪਿੰਡ ਹੀਰ ਵਿੱਚ ਛੁੱਟੀ ਆਏ ਫੌਜ ਦੇ ਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਅਤੇ ਉਸਦਾ ਛੋਟਾ ਬੱਚਾ ਜੋ ਹੈ ਜ਼ਖਮੀ ਹੋ ਗਿਆ। ਜਵਾਨ ਅਰਜੁਨ ਸਿੰਘ 155 ਇਨਫੈਂਟਰੀ ਜੈਕ ਰਾਈਫਲ ਵਿੱਚ ਤੈਨਾਤ ਸੀ ਅਤੇ ਇਸ ਵਕਤ ਉਹ ਜੰਮੂ ਦੇ ਰਜੌਰੀ ਵਿੱਚ ਆਪਣੀ ਸੇਵਾਵਾਂ ਨਿਭਾ ਰਿਹਾ ਸੀ ਅਤੇ 15 ਦਿਨਾਂ ਦੀ ਛੁੱਟੀ ਆਇਆ ਹੋਇਆ ਸੀ। ਬੀਤੇ ਕੱਲ ਉਹ ਘਰ ਤੋਂ ਕਿਸੇ ਨਿੱਜੀ ਕੰਮ ਲਈ ਨਿਕਲਿਆ ਅਤੇ ਵਾਪਸੀ ਆਉਂਦੇ ਸਮੇਂ ਇੱਕ ਟਰਾਲੀ ਦੀ ਸਾਈਡ ਵੱਜਣ ਕਾਰਨ ਉਹ ਸੜਕ ਤੇ ਡਿੱਗ ਗਿਆ, ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਅੱਜ ਸਰਕਾਰੀ ਸਨਮਾਨਾਂ ਦੇ ਨਾਲ ਉਸਦਾ ਜੋ ਹੈ ਜੱਦੀ ਪਿੰਡ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਆਓ ਸੁਣਦੇ ਹਾਂ ਇਸ ਬਾਰੇ ਕੀ ਕਹਿਣਾ ਹੈ ਪਰਿਵਾਰਿਕ ਮੈਂਬਰਾਂ ਦਾ। ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ, ਖੁਸ਼ੀਪੁਰ ਦੀ ਰਿਪੋਰਟ, AMI ਨਿਊਜ਼ ਪੰਜਾਬ। ਮੇਰਾ ਨਾਮ ਐਕਸ ਹੌਲਦਾਰ ਚਰਨਜੀਤ ਸਿੰਘ, ਜੋ ਸੂਬੇਦਾਰ ਅਰਜਨ ਸਿੰਘ ਹੈ, ਇਹ ਮੇਰਾ ਸਾਂਡੂ ਸੀ। ਇਹ 155 ਇਨਫੈਂਟਰੀ ਬਟਾਲੀਅਨ TA ਜੈਕਰ ਸਰਵਿਸ ਕਰਦੇ ਸੀ, ਰਜੌਰੀ ਤੈਨਾਤ ਸੀ। ਛੁੱਟੀ ਆ ਰਹੇ ਇਹ ਪਹਿਲਾਂ 15-20 ਥੋੜ੍ਹਾ ਘਰ ਮੈਂ ਉਹਨੇ ਕੰਮ ਲਗਾ ਰੱਖਾ ਥਾ, ਕੰਮ ਪੂਰਾ ਨਹੀਂ ਹੋਇਆ ਅਤੇ ਉਸਨੇ ਬਾਤ ਕੀਆ ਜੁੰਟ ਮੈਂ ਕਿ ਛੁੱਟੀ ਹੋਰ ਬਣਾਉਣਾ। ਮੈਂ ਜੰਮੂ ਜਾ ਕੇ ਟ੍ਰਾਇੰਟ ਕਾ ਮੈਂ ਰਿਪੋਰਟ ਕੀਆ, ਉੱਧਰ ਸੇ ਛੁੱਟੀ ਲੈ ਕੇ 3-4 ਦਿਨ ਹੈ ਵਾਪਸ ਆਏ ਨੇ। ਕੱਲ੍ਹ ਸ਼ਾਮ ਕੋ ਮੇਰੇ ਸੇ ਬਾਤ ਹੋਆ ਉਨਕੀ ਕਿ ਮੈਂ ਬੋਲਿਆ ਕੀ ਹਾਲ ਚਾਲ, ਕਹਿੰਦਾ ਠੀਕ ਹੈ ਇਹ। ਉਸਕੇ ਬਾਅਦ 15-20 ਮਿੰਟ ਫੋਨ ਆਇਆ ਮੇਰੇ ਕੋ ਕਿ ਉਸਕਾ ਐਕਸੀਡੈਂਟ ਹੋਇਆ, ਕਿ ਹੌਸਪਿਟਲ ਮੈਂ ਪਹੁੰਚੋ। ਜਦ ਦੁਬਾਰਾ ਉਸੇ ਟਾਈਮ 5 ਮਿੰਟ ਫੋਨ ਆ ਗਿਆ, ਕਹਿੰਦੇ ਵੀ ਘਰ ਮੈਂ ਪਹੁੰਚੋ, ਐਕਸਪਾਇਰ ਹੋ ਗਏ ਆ। ਬਹੁਤ ਇਹ ਸਰ ਜੋੜੇ ਤੋਂ ਹੀਰਾਂ ਨੂੰ ਗਰਮੇ ਆ ਰਹੇ ਤੇ ਅਤੇ ਰਸਤੇ ਮਾਣ ਕੇ ਮੋਟਰ ਟਰੈਕਟਰ ਟਰਾਲੀ ਗਏ ਅਨਪਸਾਤੇ ਰਹੇ, ਜੋ ਕਿ ਬਹੁਤ ਗਲਤ ਸਪੀਡ 'ਤੇ ਚਲਾ ਰਹੇ ਤੇ ਇਹਨਕੋ ਸਾਈਡ ਮਾਰ ਗਏ, ਜੋ ਮੌਕੇ 'ਤੇ ਗਿਰ ਗਏ, ਨਾਲ ਬੱਚਾ ਸੀ ਔਰ ਨਾਲ ਸੂਬੇਦਾਰ ਅਰਜਨ ਸਿੰਘ ਜੀ ਸੀ। ਇਹਨਾਂ ਨੂੰ ਟਰਾਲੀ ਨੇ ਟੱਕਰ ਮਾਰੀ, ਦੋਨੇ ਜ਼ਮੀਨ 'ਤੇ ਗਿਰ ਗਿਆ। ਬੱਚੇ 'ਤੇ ਵੀ ਗੋਟਨੇ ਮੈਂ ਕਾਫੀ ਚੋਟ ਲੱਗੇ ਆ, ਜੋ 14-15 ਸਟਿਚ ਲੱਗੇ ਆ, ਔਰ ਇਹਨਕੇ ਅਰਜਨ ਸਿੰਘ ਕੇ ਸਿਰ ਮੇ ਜ਼ਿਆਦਾ ਚੋਟ ਲੱਗ ਗਈ ਆ। ਮੈਂ ਇਹ ਜੋ ਇਹ ਸਾਨੂੰ ਘਾਟਾ ਪਿਆ, ਪਰਿਵਾਰ ਨੂੰ ਘਾਟਾ ਪਿਆ, ਜੂਨ ਨੂੰ ਘਾਟਾ, ਇਹ ਕਦੇ ਵੀ ਪੂਰਾ ਹੋਣ ਵਾਲਾ ਨਹੀਂ ਆ। ਮੈਂ ਆਪਣੀ ਫੌਜੋਂ ਜੋ ਯੂਨਿਟ ਦੇ ਕੱਲ੍ਹ ਰਾਤ 2 AC ਸਾਹਿਬ 'ਚ ਬਾਤ ਹੋਇਆ, ਮੇਰਾ SM ਸਾਹਿਬ 'ਚ ਬਾਤ ਹੋਇਆ, ਉਹ ਕਹਿੰਦੇ ਵੀ ਹਾਂ ਜੋ ਹੋ ਗਿਆ ਠੀਕ ਆ, ਜੋ ਬਣਦਾ ਸਨਮਾਨ ਆ ਅਸੀਂ ਇਹਨਾਂ ਕੋਲ ਦਊਂਗਾ। ਸੁਬਾਹ ਆਪਣੇ ਪਾਸ ਆਦਮੀ ਪਹੁੰਚ ਗਏ, ਸਵੇਰੇ 5-6 JCO ਔਰ ਜਵਾਨ 15-20 ਆਦਮੀ, ਕਾਫੀ ਜਵਾਨ ਜੋ ਇੱਧਰ ਪਹੁੰਚ ਗਿਆ, ਕਾਫੀ ਹੈਲਪ ਨਾਲ ਆਪਣੀ ਕਾਗਜ਼ੀ ਕਾਰਵਾਈ ਕੀ ਆ। ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਪੰਜਾਬ ਗੌਰਮੈਂਟ ਸੇ ਕਿ ਜੋ ਇਹ ਘਾਟਾ ਸਾਨੂੰ ਪੈ ਗਿਆ, ਬਹੁਤ ਜ਼ਿਆਦਾ ਗਹਿਰਾਈ ਤੱਕ, ਕਦੇ ਪੂਰਾ ਹੋਣ ਵਾਲਾ ਨਹੀਂ ਆ। ਮੈਂ ਉਮੀਦ ਕਰਦਾ ਸਰਕਾਰ ਵੀ ਸਾਨੂੰ ਤਰਸ ਦੇ ਆਧਾਰ 'ਤੇ ਦੋ ਬੱਚੇ ਆਪਣੀ ਵਿੱਦਿਆ ਪੂਰੀ ਪੜ੍ਹਾਈ ਪੂਰੀ ਕਰ ਲੈਂਦੇ ਹੈ, ਇਹਨਾਂ ਨੂੰ ਸਰਕਾਰੀ ਨੌਕਰੀ ਦੇਣ ਦੀ ਅਪੀਲ ਕਰਨ, ਲਿਖਤੀ ਦੋ ਵਿੱਚ ਸਾਨੂੰ ਦੇਣ, ਤਾਂ ਕਿ ਬੱਚਿਆਂ ਦਾ ਆਉਣ ਵਾਲਾ ਭਵਿੱਖ ਆ ਉਹ ਵਧੀਆ ਖੁਸ਼ਹਾਲ ਹੋ ਸਕੇ, ਨਹੀਂ ਤਾਂ ਇੱਦਾਂ ਬਹੁਤ ਹੀ ਮੁਸ਼ਕਲ ਹੋ ਜਾਏਗੀ ਸਾਨੂੰ। ਮੈਂ ਸਰਕਾਰ ਗਾੜੀ ਇਹ ਦੁਬਾਰਾ ਅਪੀਲ ਕਰਾਂਗਾ ਸਰਦਾਰ ਮੁੱਖ ਮੰਤਰੀ ਸਾਰਾ ਭਗਵੰਤ ਮਾਨ ਜੀ ਅੱਗੇ ਅਰਦਾਸ ਬੇਨਤੀ ਕਰਾਂਗਾ ਉਹਨਾਂ ਅੱਗੇ ਵੀ ਆਉਣ ਆਪਣੀ ਹਮਾਰੇ ਬੱਚਿਆਂ ਨੂੰ ਸਰਕਾਰੀ ਨੌਕਰੀ ਦੇਣ ਦੀ ਉਹਨਾਂ ਦਾ ਹੌਸਲਾ ਬਜਾਈ ਆਣ ਕੇ ਉਹਨਾਂ ਨੂੰ ਕਾਰਨ ਕੇ ਜ਼ਰੂਰ ਮਿਲਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 155 ਬਟਾਲੀਅਨ ਜੈਕਰ ਰਾਈਫਲ ਕੀ ਸੀ, ਔਰ ਸਾਹਿਬ ਹਮਾਰੇ ਛੁੱਟੀ ਹੋਏ ਥੇ, ਪਹਿਲੇ ਵੀ 1 ਮਹੀਨਾ ਆਏ ਥੇ, ਉਸਕੇ ਬਾਅਦ 20 ਦਿਨ ਔਰ ਬੁਲਾਏ ਥੇ ਸਾਹਿਬ ਨੇ ਕਿਸੀ ਕਾਮ ਕੀ ਵਜ੍ਹਾ ਸੇ। ਤੋ ਕੱਲ੍ਹ ਹਮੇ ਵੀ ਸ਼ਾਮ ਕੋ ਪਤਾ ਚਲਾ ਕਿ ਕੁਛ ਘਟਨਾ ਘਟ ਗਈ ਹੈ ਸਾਹਿਬ ਕੇ ਸਾਥ, ਤੋ ਜਿਸ ਵਜ੍ਹਾ ਸੇ ਹਮਾਰ ਸੁਬਾਹ ਹਮੇ ਆਉਣਾ ਪੜਾ। ਜੋ ਹਮਾਰੇ ਸਾਥ ਤੋ ਸਾਹਿਬ ਕੇ ਬਹੁਤ ਅੱਛੇ ਲਿੰਕ ਥੇ, ਬਹੁਤ ਬੜੀਆ ਕਾਮ ਥੇ, ਸਭ ਜਗ੍ਹਾ ਕਾਮ ਕਰਤੇ ਥੇ, ਐਸੀ ਵੈਸੀ ਕੋਈ ਬਾਤ ਨਹੀਂ ਥੀ ਕਿਸੀ ਕਾ, ਤਾਂ ਬਾਕੀ ਤੋ ਕਿਸੀ ਕੇ ਉੱਪਰ ਕੋਈ ਜ਼ੋਰ ਚਲਤਾ ਨਹੀਂ ਇਸ ਕਾਮ ਮੇਂ। ਜੋ ਹੁਆ ਹੋਗਾ, ਜੋ ਜਿਸ ਕਾਮ ਥੇ ਹੋਈ ਹੈ ਬਾਤ, ਵੋ ਹੋ ਹੀ ਰਹੇਗੀ, ਬਾਕੀ ਆਪਕੇ ਸਾਹਮਣੇ ਹੀ ਹੈ ਜੈਸੇ ਹੈ ਚੱਲ ਰਹੇ ਚੱਲ ਰਹੇ। 155 ਇਨਫੈਂਟਰੀ ਬਟਾਲੀਅਨ ਟੀ ਜੈਕ ਰਾਈਫਲ, ਕਹੀਂ ਸੁਣਾ ਹੈ ਰਿਟੇਲ ਕੀ ਦੁਕਾਨ ਪਰ ਹੋਲਸੇਲ ਕਾ ਦਾਮ? ਜੀ ਹਾਂ,
नव्या लेकर आया है डिजाइनर सूट्स, कुर्तीज और फैब्रिक्स। सबसे सस्ता सबसे अच्छा, डिफेंस रोड ममून पठानकोट। कॉन्टैक्ट 9614196141।